ਹੈ ਨਾ 30 ਬੰਦੇ ਨੂੰ, ਹੁਣ ਉਹਦੀ ਬੰਦੇ ਨੂੰ ਡੈਥ ਹੋਣੀ ਦੁਆਰਾ ਬੋਲਿਓ ਨੰਬਰ ਸਰਕਾਰੀ ਗਨਮੈਨ ਨਾਲ, ਉੱਥੇ ਲਾਈਟ ਲੱਗੀ ਸੀ ਕੋਈ? ਅੱਛਾ, ਉਹਨਾਂ ਨੂੰ ਬਿਠਾ ਕੇ ਲੈ ਗਏ ਆ ਗੱਡੀ ਦੇ ਵਿੱਚ? ਤੁਸੀਂ ਨਾਲ ਸੀਗੇ? ਮੈਂ ਪਿੱਛੇ ਬੈਠਾ ਜੀ ਬਾਈ। ਕਿੰਨੇ ਜਾਣੇ ਸੀ ਸਰ ਗੱਡੀ ਦੇ ਵਿੱਚ? 3 ਜਾਣੇ ਬਾਈ। ਤੇ ਬਾਕੀ ਸਰ 3 ਜਾਣੇ? ਬਾਕੀ ਮੈਨੂੰ 2 ਦਾ ਪਤਾ ਨਹੀਂ, ਜਿਹੜੇ ਮੋਰੇ ਬੈਠੇ ਕਿੱਥੇ ਆ ਸਰ? ਕੀ ਨਾਮ ਆਪਣਾ? ਬੱਲੂ। ਸਾਪੜੀ ਕਿਹੜੀ ਜਗ੍ਹਾ ਤੁਸੀਂ? ਜਲੰਧਰ ਤੋਂ। ਜਲੰਧਰ ਤੋਂ? ਮੈਂ ਪਿੱਛੇ ਸੁੱਤਾ ਪਿਆ ਸੀ। ਮੈਂ ਠੀਕ ਹੈ। ਮੈਂ ਤਾਂ ਕੱਢਿਆ ਵਿੱਚੋਂ ਬੰਦਿਆਂ ਨੇ ਆਪ। ਜਿਹੜੇ ਤੁਹਾਡੇ ਨਾਲ ਦੇ ਸੀਗੇ ਉਹ ਸਰ ਕਿੱਥੇ ਹੈਗੇ ਹੁਣ? ਦੋਨੇ ਬੰਦੇ ਵਿਚਾਰੇ ਚੱਕ ਕੇ ਨੀ ਮਾਰੇ, ਇੱਕ ਬੰਦਾ ਉੱਥੇ ਮੌਕੇ ਤੇ ਮਾਰ ਦਿੱਤਾ ਸਰ ਜੀ, ਇੱਕ ਬੰਦਾ ਨੀ ਕਿਲੋਮੀਟਰ ਤੋਂ ਅੱਗੇ ਚੱਕ ਕੇ ਮਾਰਿਆ ਸਰ ਜੀ। ਤੇ ਬੰਦੇ ਨੇ ਕੁਛ ਘਰ ਦੇ ਆਏ, ਇਹਨਾਂ ਦਾ ਕੋਈ ਬੁੜਾ ਅਫਸਰ ਅਫਸਰ ਆ, ਪਤਾ ਨਹੀਂ ਚਾਚਾ ਕੋਈ ਵੀ, ਉਹ ਆਣ ਕੇ ਇਹਨਾਂ ਨੂੰ ਲੈ ਗਏ। ਗੱਡੀ ਉਹਨਾਂ ਦੀ ਇੱਥੇ ਖੜੀ ਆ ਸਰ। ਸਰ ਕੁਛ ਪਤਾ ਲੱਗਾ ਜਿਹੜੀ ਗੱਡੀ ਕਿੱਥੇ ਦੀ ਹੈ, ਬੰਦੇ ਕੌਣ ਸੀਗੇ? ਇਹ ਸਰ ਜੀ ਗੱਡੀ ਹੈਗੀ ਇੱਧਰ ਦੀ, ਬੂਟਾ ਮੰਡੀ ਵਾਲ ਦੀ। ਅੱਛਾ ਜੀ, ਹਾਂਜੀ ਸਰ। ਤੇ ਇਹਨਾਂ ਦੇ ਕੌਣ ਲੈ ਗਏ ਆ? ਇਹਨਾਂ ਦਾ ਕੋਈ ਪਤਾ ਨਹੀਂ, ਅਫਸਰ ਆਇਆ ਜੀ, ਉਹਨਾਂ ਦੀ ਗੱਡੀ 'ਤੇ ਰੈੱਡ ਲਾਈਟ ਲੱਗੀ ਆ, ਨੋਵਾ ਗੱਡੀ ਆ ਸਰ ਜੀ, ਉਹ ਆਏ ਮੌਕੇ 'ਤੇ ਲੈ ਗਏ, ਉਹਨਾਂ ਨੂੰ ਚਲੇ ਗਏ ਇੱਥੋਂ। ਮੌਕੇ 'ਤੇ ਕੋਈ ਪੁਲਿਸ ਆਈ ਹੈ? ਨਹੀਂ ਹਲੇ ਨਹੀਂ ਸਰ ਜੀ ਕੋਈ ਪੁਲਿਸ ਆਈ। ਇਹ ਲੇਡੀਜ਼ ਦੇ ਨਾਂ 'ਤੇ ਗੱਡੀ ਆ, ਆਰ ਸੀ ਅਸੀਂ ਫੜ ਲਈ ਆ, ਕਾਗਜ਼ ਵੀ ਫੜ ਲਏ ਗੱਡੀ। ਗੱਡੀ 'ਚ ਕਿੰਨੇ ਜਣੇ ਸੀਗੇ? ਇਹ ਸਰ ਜੀ 4 ਜਣੇ ਸੀਗੇ। ਠੀਕ ਆ, ਇਹ ਸਹੀ ਆ, ਇਹਨਾਂ ਦੇ ਕੋਈ ਨਹੀਂ ਸੱਟ ਸੁੱਟ ਲੱਗੀ। ਲੇਡੀਜ਼ ਵੀ ਸਹੀ ਸੀ ਜਿਹੜੇ, ਕਿਹਦੇ ਨਾਂ ਗੱਡੀ ਆ ਇਹ? ਠੀਕ ਆ ਜੀ, ਕਿਸੇ ਦੇ ਨਾਲ ਸੱਟ ਨਹੀਂ ਲੱਗੀ। ਉਹ ਬਜ਼ੁਰਗ ਉਹਨਾਂ ਦੇ ਨੇ ਮੌਕੇ 'ਤੇ ਟਾਇਰ ਚਾੜ ਦਿੱਤਾ, ਉੱਥੇ ਮਾਰ ਦਿੱਤਾ। ਜਿਹੜਾ ਮੂਹਰੇ ਆ ਸ਼ੀਸ਼ੇ ਦੇ ਫਰੰਟ 'ਤੇ, ਉਹ ਕਿਲੋਮੀਟਰ ਜਿਹੜਾ ਬਜ਼ੁਰਗ ਆ, ਉਹ ਇਹਨਾਂ ਦੀ ਡੈਥ ਹੋ ਚੁੱਕੀ ਆ? ਡੈਥ ਹੋ ਗਈ ਸਰ ਜੀ ਮੌਕੇ 'ਤੇ। ਸਾਲ ਤੱਕ ਕਿੰਨੀ ਦੇਰ ਹੋ ਗਈ ਪੁਲਿਸ ਨੂੰ ਇਨਫੋਰਮ ਕੀਤੇ ਹੋਏ? ਫੋਨ ਕੀਤਾ ਹੋਇਆ ਸਰ ਜੀ, ਘੰਟੇ ਦੇ ਉੱਤੇ ਹੋ ਗਿਆ ਇੰਸੀਡੈਂਟ ਹੋਏ ਨੂੰ। ਕੋਈ ਪੁਲਿਸ ਵਾਲਾ ਮੁਲਾਜ਼ਮ ਨਹੀਂ ਆਇਆ ਸਰ ਜੀ ਪਹੁੰਚਾ? ਠੀਕ। ਗੱਡੀ ਦੇ ਵਿੱਚ ਤੁਸੀਂ ਨਾਲ ਸੀਗੇ? ਮੈਂ ਪਿੱਛੇ ਬੈਠਾ ਜੀ ਬਾਈ। ਕਿੰਨੇ ਜਾਣੇ ਸੀ ਸਰ ਗੱਡੀ ਦੇ ਵਿੱਚ? 3 ਜਾਣੇ ਬਾਈ। ਤੇ ਬਾਕੀ ਸਰ 3 ਜਾਣੇ? ਬਾਕੀ ਮੈਨੂੰ 2 ਦਾ ਪਤਾ ਨਹੀਂ, ਜਿਹੜੇ ਮੋਰੇ ਬੈਠੇ ਕਿੱਥੇ ਆ ਸਰ? ਕੀ ਨਾਮ ਆਪਣਾ? ਬੱਲੂ। ਸਾਪੜੀ ਕਿਹੜੀ ਜਗ੍ਹਾ ਤੁਸੀਂ? ਜਲੰਧਰ ਤੋਂ। ਜਲੰਧਰ ਤੋਂ?